ਤਸਵੀਰਾਂ ਤਪਾ ਮੰਡੀ ਬਰਨਾਲਾ ਦੀਆਂ ਹਨ ਜਿੱਥੇ ਕਿ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਸਵੇਰੇ ਧਾਗਾ ਮਿਲ ਦੇ ਨੇੜੇ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਕਰਕੇ ਕਾਰ ਸੜ ਕੇ ਸੁਆਹ ਹੋਈ ਹੈ ਪਰ ਕਾਰ ਵਿਚਲੀਆਂ ਸਵਾਰੀਆਂ ਵਾਲ ਵਾਲ ਬਚ ਗਈਆਂ ਹਨ। ਦਰਅਸਲ ਬਠਿੰਡਾ ਸਾਈਡ ਤੋਂ ਆ ਰਹੀ ਸਵਿਫਟ ਕਾਰ ਦੇ ਬੋਨਟ ਚੋਂ ਇੱਕ ਨੇੜਿਓਂ ਲੰਘ ਰਹੇ ਮੋਟਰਸਾਈਕਲ ਸਵਾਰ ਨੇ ਜਦ ਧੂੰਆਂ ਨਿਕਲਦਾ ਦੇਖਿਆ ਤਾਂ ਉਸਨੇ ਇਸ ਦੀ ਜਾਣਕਾਰੀ ਕਾਰ ਚਾਲਕ ਨੂੰ ਦਿੱਤੀ ਜਿਸ ਕਰਕੇ ਕਾਰ ਚਾਲਕ ਨੇ ਗੱਡੀ ਨੂੰ ਮੌਕੇ ਤੇ ਹੀ ਰੋਕ ਦਿੱਤਾ ਜਿਸ ਕਰਕੇ ਕਾਰ 'ਚ ਬੈਠੀਆਂ ਸਵਾਰੀਆਂ ਵਾਲ ਵਾਲ ਬਚ ਗਈਆਂ ਪਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਬਾਅਦ ਵਿੱਚ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਾਰ ਦੀ ਅੱਗ ਤੇ ਕਾਬੂ ਪਾਇਆ ਗਿਆ। ਤੁਹਾਡੀ ਇਹ ਕਾਰ ਨੂੰ ਕਿਵੇਂ ਲੱਗੀ ਸੀ ਅੱਗੇ? ਇਹ ਤੁਰੇ ਜਾਂਦੇ ਜਾਂਦੇ ਪੈ ਗਈ ਅੱਗ। ਸਾਨੂੰ ਤਾਂ ਨਾਲ ਕੋਈ ਮੋਟਰਸਾਈਕਲ ਵਾਲਾ ਜਾ ਰਿਹਾ, ਉਹਨੇ ਦੱਸਿਆ ਵੀ ਪਿੱਛੇ ਨੂੰ ਲਾਟਾਂ ਨਿਕਲ ਰਹੀਆਂ ਅਤੇ ਅਸੀਂ ਦਾਦਾ ਗੱਡੀ ਰੋਕੀ ਅਤੇ ਦਾਦਾ ਅਸੀਂ ਦੋਨਾਂ ਨੇ ਉਤਰਨ ਦੀ ਕੀਤੀ, ਅਸੀਂ ਉਤਰ ਗਏ। ਉਸ ਤੋਂ ਬਾਅਦ ਅੱਗ ਵੱਧ ਗਈ। ਤੁਸੀਂ ਕਿੱਥੋਂ ਦੇ ਕਿੱਥੋਂ ਜਾ ਰਹੇ ਸੀ? ਕਿੱਥੋਂ? ਬਠਿੰਡੇ ਤੋਂ ਆਏ, ਮੈਂ ਰਾਜਪੁਰੇ ਜਾ ਰਹੇ ਸੀ। ਅੱਛਾ, ਤੁਹਾਡਾ ਨਾਮ ਕੀ ਹੈ? ਮੇਰਾ ਹਰੀਸ਼ ਕੁਮਾਰ। ਅਤੇ ਤੁਹਾਡੇ ਨਾਲ ਸਾਥੀ ਦਾ? ਮੇਰਾ ਨਾਮ ਦੋਸਤ ਸੀ, ਮੇਰਾ ਗੁਰਲਾਭ ਸਿੰਘ। ਬਰਨਾਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।